हाँ जी भाई, सत श्री अकाल। सारे पहला बहुत मैसेज आ रहे थे, इस बैग लाने ला वीडियो बनाने लिए, इस बैग की अज असी इस बैग की वीडियो बना लगे हाँ। तो साडे स्टूडेंट ही ना तुहानू इस बैग ला के दिखाउणगे, तो असी नाल दी नाल एक्सप्लेन करांगे किदां इस बैग लाउणी आ। चलो भी ला के दिखाओ इस बैग। ਹੁਣ ਅਸੀਂ ਤੁਹਾਨੂੰ ਐਕਸਪਲੇਨ ਕਰਨ ਲੱਗੇ ਹਾਂ, ਹੁਣ ਆਪਣੇ ਸਟੂਡੈਂਟ ਲਾਉਣ ਲੱਗੇ ਆ ਇਸ ਬੈਗ, ਤਾਂ ਮੈਂ ਤੁਹਾਨੂੰ ਐਕਸਪਲੇਨ ਕਰੂੰਗਾ। ਦੇਖੋ ਬਹੁਤ ਹੀ ਯਾਰ ਸੌਖਾ ਤਰੀਕਾ ਇਹਦੇ 'ਚ, ਮੈਂ ਨਾਲੇ ਤੁਹਾਨੂੰ ਦੱਸੂੰਗਾ ਜਿਹੜਾ ਕਿ ਮੈਂ ਪਹਿਲਾਂ ਵਾਲੀ ਵੀਡੀਓ 'ਚ ਹੀ ਦੱਸਿਆ ਕਿ ਲੈਫਟ ਕਰੇ ਅਤੇ ਰਾਈਟ ਜਾਂਦਾ, ਰਾਈਟ ਕਰੇ ਅਤੇ ਲੈਫਟ, ਅਤੇ ਉਹ ਕਦੋਂ ਜਾਂਦਾ ਜਦੋਂ ਆਪਣਾ ਟਰੈਕਟਰ ਟ੍ਰੇਲਰ, ਜਦੋਂ ਆਪਣਾ ਟਰੈਕਟਰ ਟ੍ਰੇਲਰ ਸਿੱਧਾ, ਜਦੋਂ ਆਪਣਾ ਟਰੈਕਟਰ ਟ੍ਰੇਲਰ ਅਤੇ ਜਿਹੜੀ ਆਪਾਂ ਪਹਿਲਾਂ ਗੱਲ ਕੀਤੀ ਸੀ ਨਾ ਇਸ ਤੋਂ ਪਹਿਲਾਂ ਵਾਲੀ ਵੀਡੀਓ 'ਚ ਕਿ ਲੈਫਟ ਕਰੇ ਅਤੇ ਰਾਈਟ, ਮੈਂ ਦੇਖੋ ਇਹ ਨਾ ਵੀਡੀਓ 'ਚ ਤੁਸੀਂ ਕਈ ਵਾਰ ਆਪਾਂ ਸੋਚਦੇ ਹਾਂ ਕਿ ਬਾਈ ਇੱਕੋ ਹੀ ਗੱਲ ਬੋਲੀ ਜਾਂਦਾ ਕਿ ਲੈਫਟ ਕਰੇ ਅਤੇ ਰਾਈਟ, ਰਾਈਟ ਕਰੇ ਅਤੇ ਲੈਫਟ। ਯਾਰ ਇਹ ਮੈਂ ਤਾਂ ਕਹਿ ਰਿਹਾ, ਇਹਦੇ 'ਚ ਹੀ ਸਭ ਤੋਂ ਵੱਡੀ ਜਿਹੜੀ ਆਪਾਂ ਨੂੰ ਕਿ ਸਟੂਡੈਂਟਸ ਨੂੰ ਪ੍ਰੋਬਲਮ ਆਉਂਦੀ ਆ। ਦੇਖੋ ਇਹ ਤਾਂ ਜਿਹੜਾ ਟਰੱਕ ਯਾਰ ਬੰਦਾ ਜਿਹਨੇ ਨਹੀਂ ਵੀ ਨਹੀਂ ਨਾ ਸਿੱਖਿਆ ਹੈਗਾ ਉਹ ਵੀ ਕਹਿੰਦਾ ਹਾਂ ਹਾਂ ਮੈਨੂੰ ਪਤਾ ਲੈਫਟ ਕਰੇ ਅਤੇ ਇਹ ਰਾਈਟ ਜਾਂਦਾ, ਇਹਦੀ ਜਿਹੜੀ ਆ ਟਰਨਿੰਗ ਆ ਕਟਾਈ ਆ ਇਹਦੀ ਪੁੱਠੀ ਆ ਵੀ ਰਾਈਟ ਕਰੇ ਅਤੇ ਇਹ ਲੈਫਟ ਜਾਂਦਾ, ਲੈਫਟ ਅਤੇ ਰਾਈਟ। ਪਰ ਇਹ ਮੈਂ ਵਾਰ ਵਾਰ ਤਾਂ ਬੋਲ ਰਿਹਾ ਭਾਈ, ਬਿਲਕੁਲ ਸਹੀ ਆ, ਲੈਫਟ ਅਤੇ ਰਾਈਟ ਜਾਂਦਾ, ਰਾਈਟ ਤੋਂ ਲੈਫਟ ਜਾਂਦਾ, ਪਰ ਕਦੋਂ? ਜਦੋਂ ਟਰੈਕਟਰ ਅਤੇ ਟ੍ਰੇਲਰ ਆਪਸ 'ਚ ਸਿੱਧੇ ਆ। ਜੇ ਹੁਣ ਤੁਸੀਂ ਦੇਖੋ ਇਹ ਸਟੂਡੈਂਟ ਨੇ ਰਾਈਟ ਕੀਤਾ ਤਾਂ ਐਂਗਲ ਬਣ ਗਿਆ ਲੈਫਟ ਵਾਲੀ ਸਾਈਡ, ਤਾਂ ਟ੍ਰੇਲਰ ਕਿੱਧਰ ਆ ਗਿਆ? ਲੈਫਟ। ਠੀਕ ਹੈ ਜੀ, ਹੁਣ ਮੈਂ ਇਹਨਾਂ ਤੋਂ ਕਰਵਾਊਂਗਾ ਲੈਫਟ। ਤੁਸੀਂ ਦੇਖ ਰਹੇ ਹੋ ਸਟੇਅਰਿੰਗ ਦੀ ਮੂਵਮੈਂਟ, ਇਹ ਟਰਨ ਲੈਫਟ ਕਰ ਰਿਹਾ। ਠੀਕ ਆ, ਪਰ ਹੁਣ ਹੁਣੇ ਆਪਾਂ ਜਿਹੜੀ ਪਹਿਲਾਂ ਵਾਲੀ ਵੀਡੀਓ 'ਚ ਗੱਲ ਕੀਤੀ ਸੀ ਕਿ ਲੈਫਟ ਕਰੇ ਅਤੇ ਰਾਈਟ ਜਾਂਦਾ, ਪਰ ਹੁਣੇ ਲੈਫਟ ਕਰਕੇ ਪਿੱਛੇ ਆਊਗੀ, ਰਾਈਟ ਨਹੀਂ ਜਾਣਾ। ਲੈਫਟ ਕਰੇ ਅਤੇ ਹੁਣੇ ਪਿੱਛੇ ਆਉਣਗੇ, ਇਹ ਰਾਈਟ ਨਹੀਂ ਜਾਣਾ, ਇਹ ਲੈਫਟ ਹੀ ਜਾਊਗਾ। ਕਦੋਂ ਤੱਕ? ਜਦੋਂ ਤੱਕ ਟਰੈਕਟਰ ਟ੍ਰੇਲਰ ਨੂੰ ਸਿੱਧਾ ਨਹੀਂ ਹੁੰਦਾ। ਹੁਣ ਤੁਸੀਂ ਦੇਖੋ ਇਹ ਪਿੱਛੇ ਆਉਣਗੇ, ਵਾਚ ਕਰਿਓ ਧਿਆਨ ਨਾਲ, ਦੇਖੋ ਆਲ ਦਾ ਵੇ ਲੈਫਟ ਕੀਤਾ ਹੋਇਆ, ਤਾਂ ਟ੍ਰੇਲਰ ਕਿੱਧਰ ਆ ਰਿਹਾ? ਹਜੇ ਵੀ ਲੈਫਟ 'ਚ ਹੀ ਆ ਰਿਹਾ। ਕਦੋਂ ਤੱਕ? ਜਦੋਂ ਤੱਕ ਟਰੈਕਟਰ ਟ੍ਰੇਲਰ ਇਹ ਸਿੱਧੇ ਨਹੀਂ ਹੁੰਦੇ। ਹੁਣ ਤੁਸੀਂ ਜੇ ਦੇਖੋ ਧਿਆਨ ਨਾਲ ਕਿ ਇਹ ਇਹਨਾਂ ਤੋਂ ਪ੍ਰੋਪਰ ਸਟੋਪ ਨਹੀਂ ਹੋਇਆ ਗਿਆ ਜਦੋਂ ਟਰੈਕਟਰ ਅਤੇ ਟ੍ਰੇਲਰ ਸਿੱਧਾ ਹੋਇਆ, ਤਾਂ ਇੱਕਦਮ ਹੀ ਤੁਸੀਂ ਦੇਖੋ ਤਾਂ ਐਂਗਲ ਆ ਜਿਹੜਾ ਰਾਈਟ 'ਚ ਬਣ ਗਿਆ ਜਾ ਕੇ, ਜੇ ਤੁਸੀਂ ਦੇਖੋ ਹਲਕਾ ਜਿਹਾ, ਕਿਉਂਕਿ ਇਹ ਤੋਂ ਪ੍ਰੋਪਰ ਸਟੋਪ ਨਹੀਂ ਹੋਇਆ ਗਿਆ। ਦੇਖੋ ਹਲਕਾ ਜਿਹਾ, ਜੇ ਤੁਸੀਂ ਦੇਖੋ ਟਰੈਕਟਰ ਇੱਧਰ ਨੂੰ ਆ ਗਿਆ ਹੈ ਨਾ। ਅਤੇ ਹੁਣ ਮੈਂ ਇਹੀ ਦੱਸਣਾ ਚਾਹ ਰਿਹਾ ਸੀ ਜਿਹੜੀ ਆਪਾਂ ਲਾਸਟ, ਹੁਣ ਤੁਸੀਂ ਲੈਫਟ ਕੀਤਾ ਸੀ ਆਪਾਂ, ਤਾਂ ਟਰੈਕਟਰ ਲੈਫਟ ਹੀ ਗਿਆ ਟ੍ਰੇਲਰ, ਕਦੋਂ ਤੱਕ? ਜਦੋਂ ਤੱਕ ਟਰੈਕਟਰ ਜਿਹੜਾ ਵਾ ਟ੍ਰੇਲਰ ਨੂੰ ਸਿੱਧਾ ਨਹੀਂ ਹੋਇਆ। ਹੁਣ ਮਤਲਬ ਕਹਿਣ ਦਾ ਭਾਵ ਇਹ ਆ ਕਿ ਲੈਫਟ ਅਤੇ ਰਾਈਟ, ਮੈਂ ਵਾਰ ਵਾਰ ਦੇਖੋ ਇੱਕੋ ਗੱਲ ਬੋਲ ਰਿਹਾ, ਇਹੀ ਸਭ ਤੋਂ ਵੱਡੀ ਕਨਫਿਊਜ਼ਨ ਆ। ਲੈਫਟ ਤੋਂ ਰਾਈਟ ਜਾਂਦਾ ਬਿਲਕੁਲ ਸਹੀ ਆ, ਰਾਈਟ ਤੋਂ ਲੈਫਟ ਜਾਂਦਾ ਬਿਲਕੁਲ ਸਹੀ ਆ, ਉਦੋਂ ਹੀ ਜਾਂਦਾ ਬਾਈ ਜਦੋਂ ਟਰੈਕਟਰ ਅਤੇ ਟ੍ਰੇਲਰ ਆਪਸ 'ਚ ਸਿੱਧੇ ਆ। ਪਰ ਜੇ ਉਹ ਐਂਗਲ 'ਚ ਆ ਜਿਵੇਂ ਕਿ ਪਹਿਲਾਂ ਸੀ ਏ ਵੀਡੀਓ 'ਚ, ਤਾਂ ਇਹ ਇਹਨਾਂ ਨੇ ਲੈਫਟ ਕੀਤਾ ਸੀ, ਉਹ ਲੈਫਟ ਹੀ ਆ ਰਿਹਾ ਸੀ। ਕਦੋਂ ਤੱਕ? ਜਦੋਂ ਤੱਕ ਸਿੱਧਾ ਨਹੀਂ ਹੋਏ। ਤਾਂ ਇਹਦੇ ਤੋਂ ਆਪਾਂ ਇਹ ਕੰਕਲੂਜ਼ਨ ਕੱਢ ਸਕਦੇ ਹਾਂ ਕਿ ਯਾਰ ਜਿੰਨਾ ਟ੍ਰੇਲਰ ਤੁਹਾਨੂੰ ਇੱਕ ਪਾਸੇ ਨੂੰ ਚਾਹੀਦਾ ਨਾ ਪਿੱਛੋਂ, ਤਾਂ ਉਹਦਾ ਤੁਸੀਂ ਹਾਫ ਹੀ ਲੈ ਕੇ ਜਾਓ। ਜਿੱਦਾਂ ਮੰਨ ਲਓ ਤੁਸੀਂ ਚਾਹੁੰਦੇ ਹੋ ਪਿੱਛੋਂ ਟ੍ਰੇਲਰ ਤੁਹਾਡਾ 4 ਫੁੱਟ ਖੱਬੇ ਆਵੇ, ਤਾਂ ਉਹਨੂੰ ਖੱਬੇ ਲਿਆਉਣ ਲਈ ਰਾਈਟ ਕਰੋਗੇ, ਜਦੋਂ ਰਾਈਟ ਕਰੋਗੇ ਉਹ ਖੱਬੇ ਆਊ, ਤਾਂ 2 ਫੁੱਟ ਹੀ ਤੁਸੀਂ ਆਪ ਲੈ ਕੇ ਜਾਓ, ਤਾਂ ਰੈਸਟ ਜਿਹੜਾ ਡਿਸਟੈਂਸ ਆ ਜਦੋਂ ਤੁਸੀਂ ਐਂਗਲ ਖੋਲੋਗੇ ਨਾ ਉਹ ਆਪਣੇ ਆਪ ਕਵਰ ਕਰੂਗਾ। ਹੁਣ ਆਪਾਂ ਜੇ ਆਈਏ ਯਾਰ ਇਸ ਬੈਗ 'ਤੇ, ਇਹ ਤਾਂ ਚਲੋ ਬੇਸਿਕ ਸੀ, ਦੱਸਣਾ ਜ਼ਰੂਰੀ ਸੀ। ਹੁਣ ਇਸ ਬੈਗ 'ਤੇ ਜੇ ਆਪਾਂ ਦੇਖੀਏ, ਟਰੈਕਟਰ ਟ੍ਰੇਲਰ ਇੱਦਾਂ ਪੈਰਲਰ ਅੱਗੇ ਜਾ ਕੇ ਖੜ੍ਹਾ ਸੀ, ਠੀਕ ਆ, ਅਤੇ ਆਹ ਪਿੱਛੇ ਕੋਨਸ ਨੇ ਤੁਸੀਂ ਦੇਖ ਸਕਦੇ ਹੋ, ਅਤੇ ਹੁਣ ਆਪਾਂ ਇਹਨਾਂ 'ਚ ਪਾਰਕ ਕਰਨਾ। ਮੈਂ ਤੁਹਾਨੂੰ ਪਿੱਛੋਂ ਇੱਕ ਵਾਰ ਜਾ ਕੇ ਵਿਊ ਦਿਖਾਉਣਾ ਪ੍ਰੋਪਰ ਟਰੈਕਟਰ ਟ੍ਰੇਲਰ ਦਾ। ਹੁਣ ਆਪਾਂ ਇੱਧਰ ਨੂੰ ਮੁੜਨ ਲੱਗੇ ਹਾਂ, ਜੇ ਤੁਸੀਂ ਹੁਣ ਇੱਥੋਂ ਦੇਖੋ ਤਾਂ ਪੈਰਲਰ ਖੜ੍ਹਾ ਸੀ ਸਭ ਤੋਂ ਪਹਿਲਾਂ, ਜੇ ਤੁਸੀਂ ਵੀਡੀਓ ਸਟਾਰਟ 'ਚ ਦੇਖੋ ਰਾਈਟ ਕੀਤਾ ਲੈਫਟ ਆ ਗਿਆ, ਥੋੜ੍ਹਾ ਫਿਰ ਆਪਾਂ ਲੈਫਟ ਕਰਤਾ
ਪਰ ਫਿਰ ਵੀ ਲੈਫਟ ਆਉਂਦਾ ਰਿਹਾ ਕਦੋਂ ਤੱਕ ਜਦੋਂ ਤੱਕ ਟਰੈਕਟਰ ਟ੍ਰੇਲਰ ਆਪਸ 'ਚ ਸਿੱਧੇ ਨਹੀਂ ਹੋਏ ਤਾਂ ਜਦੋਂ ਟਰੈਕਟਰ ਐਸ ਬੈਕ ਲਾਉਣ ਦੇ ਜਿਹੜੇ ਸਭ ਤੋਂ ਮੇਨ ਸਟੈਪ ਨੇ ਵੀਰੇ ਆਹੀ ਆ ਕਿ ਪਹਿਲਾਂ ਇੱਕ ਥੋੜ੍ਹਾ ਜਿਹਾ ਐਂਗਲ ਬਣਾ ਦੇਣਾ ਉਹ ਇੰਨਾ ਕੁ ਬਣਾਓ ਕਿ 30 ਡਿਗਰੀ ਹੋਵੇ 30-35 ਡਿਗਰੀ ਦਾ ਬਣਾਤਾ ਅਤੇ ਉਹਨੂੰ ਖੋਲ੍ਹ ਦਿਉ ਰਾਈਟ ਕਰਕੇ ਐਂਗਲ ਬਣਾਤਾ ਤੁਸੀਂ ਅਤੇ ਲੈਫਟ ਕਰਕੇ ਉਹਨੂੰ ਖੋਲ੍ਹ ਦਿਉ ਖੁੱਲ੍ਹਦੇ ਵੀ ਲੈਫਟ ਗਿਆ ਉਹ ਜਦੋਂ ਸਿੱਧਾ ਹੋ ਗਿਆ ਉਦੋਂ ਬਾਅਦ ਤੁਸੀਂ ਉਤਰ ਕੇ ਥੱਲੇ ਆਉਣਾ ਠੀਕ ਆ ਜਿੱਦਾਂ ਕਿ ਹੁਣ ਆਪਣੇ ਸਟੂਡੈਂਟ ਆਓਗੇ ਤਾਂ ਉਤਰ ਕੇ ਆਪਾਂ ਥੱਲੇ ਆਉਣਾ ਵੀਰੇ ਉਤਰ ਕੇ ਆਪਾਂ ਦੋ ਚੀਜ਼ਾਂ ਦੇਖਣੀਆਂ ਨੇ ਦੇਖ ਇਹ ਤਾਂ ਜਿੱਦਾਂ ਉਹਨਾਂ ਟਰੈਕਟਰ ਟ੍ਰੇਲਰ ਖੜ੍ਹਾ ਨਾ ਇਹ ਤਾਂ ਕਿਸੇ ਆਪਾਂ ਅਣਜਾਣ ਨੂੰ ਵੀ ਪੁੱਛ ਲਈਏ ਕਿੱਧਰ ਜਾਊ ਕਿੱਧਰ ਲੈ ਕੇ ਜਾਣਾ ਜਾਂ ਕਿੱਧਰ ਲੈ ਕੇ ਜਾਣਾ ਚਾਹੀਦਾ ਤਾਂ ਉਹ ਅਗਲਾ ਕਹੂਗਾ ਹਾਂ ਬਈ ਇੱਥੋਂ ਰਾਈਟ ਅੰਦਰ ਆਉਣਾ ਚਾਹੀਦਾ ਤਾਂ ਹੀ ਕੋਨਾ ਦੇ ਅੰਦਰ ਆਊਗਾ ਠੀਕ ਆ ਪਰ ਜਦੋਂ ਹੀ ਟਰੈਕਟਰ ਟ੍ਰੇਲਰ ਆਪਸ 'ਚ ਸਿੱਧਾ ਹੋ ਗਿਆ ਤੁਸੀਂ ਥੱਲੇ ਆ ਕੇ ਉਤਰ ਕੇ ਇੱਕ ਚੀਜ਼ ਦੇਖਣੀ ਆ ਕਿ ਕਿੱਥੋਂ ਮੈਂ ਜਿੱਦਾਂ ਕਿ ਆਪਣੇ ਹੁਣ ਸਟੂਡੈਂਟ ਨੇ ਦੇਖਿਆ ਬਿਲਕੁਲ ਮਿਡਲ 'ਚ ਆਉਣਾ ਹੈ ਨਾ ਇੱਥੋਂ ਅਤੇ ਇੱਥੋਂ ਇੱਥੋਂ ਹੋਰ ਪਿੱਛੇ ਹੋ ਕੇ ਆਪਾਂ ਇਹ ਦੇਖਣਾ ਕੋਨਾ ਦੇ ਅੰਦਰ ਹੋ ਕੇ ਕਿ ਕਿੱਥੋਂ ਮੋੜਨਾ ਕਿੰਨਾ ਮੋੜਨਾ ਸਭ ਤੋਂ ਜਿਹੜੀ ਇੰਪੋਰਟੈਂਟ ਆ ਵੀ ਕਿੱਥੋਂ ਮੋੜਨਾ ਕਿੰਨਾ ਮੋੜਨਾ ਹੁਣ ਜੇ ਆਪਾਂ ਦੇਖਿਆ ਜਾਈਏ ਕਿੱਥੋਂ ਦਾ ਕਿੰਨਾ ਦਾ ਇਹ ਮਤਲਬ ਆ ਕਿ ਜਿਹੜੀ ਆਹ ਰਾਈਟ ਕੋਨ ਆ ਆਹ ਜਿਹੜੀ ਰਾਈਟ ਕੋਨ ਆ ਹੈ ਨਾ ਜੇ ਇਹਦੇ ਨਾਲੋਂ ਟ੍ਰੇਲਰ ਜਿੰਨਾ ਜ਼ਿਆਦਾ ਦੂਰ ਆ ਉਨਾ ਪਹਿਲਾਂ ਮੋੜਾਂਗੇ ਜਿੰਨਾ ਇਹਦੇ ਜ਼ਿਆਦਾ ਨੇੜੇ ਆ ਜਿੰਨਾ ਇਹਦੇ ਜ਼ਿਆਦਾ ਨੇੜੇ ਹੋਊਗਾ ਠੀਕ ਆ ਜੀ ਉਨਾ ਪਿੱਛੇ ਆ ਕੇ ਮੋੜਾਂਗੇ ਜਿੰਨਾ ਇਹ ਤੋਂ ਦੂਰ ਆ ਉਨਾ ਪਹਿਲਾਂ ਮੋੜਾਂਗੇ ਹੁਣ ਇਹਦਾ ਜੇ ਦੇਖਿਆ ਜਾਵੇ ਟ੍ਰੇਲਰ ਕਾਫੀ ਗੈਪ ਆ ਇੱਧਰ ਰਾਈਟ ਕੋਨ ਤੋਂ ਤਾਂ ਇਹਨੂੰ ਜਿਹੜਾ ਐਂਗਲ ਆ ਉਹ ਇੱਥੇ ਹੀ ਬਣਾ ਲੈਣਾ ਚਾਹੀਦਾ ਵੈਰੀ ਇੰਪੋਰਟੈਂਟ ਆ ਵੀਰੇ ਪਹਿਲਾ ਸਟੈਪ ਇਹ ਆ ਕਿ ਥੋੜ੍ਹਾ 30 ਡਿਗਰੀ ਦਾ ਐਂਗਲ ਬਣਾ ਕੇ ਐਂਗਲ ਖੋਲ੍ਹ ਲਓ ਉਸ ਤੋਂ ਬਾਅਦ ਥੱਲੇ ਆ ਕੇ ਹੀ ਦੇਖੋ ਸਾਰਿਆਂ ਨੂੰ ਪਤਾ ਕਿ ਅੰਦਰ ਰਾਈਟ ਘੁਮਾਉਣਾ ਪਰ ਦੂਜਾ ਇੰਪੋਰਟੈਂਟ ਵੀ ਕਿੱਥੋਂ ਮੋੜਨਾ ਕਿੱਥੋਂ ਟਰਨ ਕਰਨਾ ਅਤੇ ਕਿੰਨਾ ਕਰਨਾ ਹੈ ਨਾ ਹੁਣ ਮੇਰੇ ਹਿਸਾਬ ਨਾਲ ਇੱਥੋਂ ਸਿੱਧਾ ਬੈਕ ਆਉਣਾ ਚਾਹੀਦਾ ਆਪਾਂ ਨੂੰ ਸਿੱਧਾ ਬੈਕ ਆ ਕੇ ਜਿੱਦਾਂ ਕਿ ਮੈਂ ਉਹਨਾਂ ਦੀ ਵੇਟ ਕਰ ਰਿਹਾ ਕਿ ਉਹ ਸਟ੍ਰੇਟ ਬੈਕ ਲੈ ਕੇ ਆਉਣ ਤਾਂ ਕਿ ਮੈਂ ਤੁਹਾਨੂੰ ਅੱਗੇ ਸਮਝਾ ਸਕਾਂ ਦੇਖੋ ਸਿੱਧਾ ਲੈ ਕੇ ਆਉਣਾ ਹੁਣ ਸਭ ਤੋਂ ਇੰਪੋਰਟੈਂਟ ਇਹ ਆ ਕਿ ਸਿੱਧਾ ਕਿੱਥੇ ਤੱਕ ਲੈ ਕੇ ਆਉਣਾ ਕਿਉਂਕਿ ਜੇ ਤੁਹਾਨੂੰ ਇਹ ਨਹੀਂ ਪਤਾ ਹੋਊ ਕਿ ਕਿੱਥੋਂ ਮੋੜਨਾ ਅਤੇ ਕਿੰਨਾ ਮੋੜਨਾ ਆਹ ਦੇਖੋ ਹੁਣ ਇੱਥੋਂ ਬਿਲਕੁਲ ਸਹੀ ਆ ਅਤੇ ਮੋੜਨਾ ਆਪਾਂ ਨੂੰ ਚਾਹੀਦਾ ਰਾਈਟ ਤਾਂ ਕਿੱਧਰ ਟਰਨ ਕਰਾਂਗੇ ਲੈਫਟ ਅਤੇ ਇਹਨਾਂ ਨੇ ਲੈਫਟ ਕਰਤਾ ਹੁਣ ਦੇਖੋ ਲੈਫਟ ਕਰਨ ਨਾਲ ਟ੍ਰੇਲਰ ਤੁਹਾਡਾ ਆ ਕਿੱਧਰ ਰਿਹਾ ਦੇਖੋ ਤੁਸੀਂ ਧਿਆਨ ਨਾਲ ਵਾਚ ਕਰੋ ਰਾਈਟ ਆ ਰਿਹਾ ਹੁਣ ਇੱਥੇ ਉਹੀ ਕੈਲਕੂਲੇਸ਼ਨ ਲਾਉਣੀ ਆ ਕਿ ਕਿੰਨਾ ਤੁਸੀਂ ਆਪ ਲੈ ਕੇ ਆਉਣਾ ਕਿੰਨਾ ਤੁਸੀਂ ਆਪ ਲੈ ਕੇ ਆਉਣਾ ਅਤੇ ਕਿੰਨਾ ਤੁਹਾਡਾ ਐਂਗਲ ਲੈ ਕੇ ਆਊਗਾ ਹੁਣ ਦੇਖੋ ਹੁਣ ਜੇ ਤੁਸੀਂ ਧਿਆਨ ਨਾਲ ਦੇਖੋ ਕਿ ਮੈਂ ਲੈਫਟ ਕਰਵਾਇਆ ਟ੍ਰੇਲਰ ਰਾਈਟ ਆ ਗਿਆ ਪਰ ਜਿਹੜਾ ਕੋਈ ਅਣਜਾਣ ਬੰਦਾ ਦੇਖੂਗਾ ਨਾ ਉਹ ਅੰਦਰੋਂ ਬੈਠ ਕੇ ਉਹਨੂੰ ਪਤਾ ਕੀ ਹੋਊਗਾ ਯਾਰ ਰਾਈਟ ਸਾਈਡ ਤਾਂ ਮੇਰੀ ਇੰਨਾ ਗੈਪ ਪਿਆ ਮੈਂ ਹੋਰ ਪਿੱਛੇ ਲਿਆਵਾਂ ਪਰ ਉਹ ਬੰਦਾ ਉੱਥੇ ਹੀ ਕਨਫਿਊਜ਼ ਹੋ ਜਾਂਦਾ ਉਹ ਇਹ ਨਹੀਂ ਸੋਚਦਾ ਯਾਰ ਕਿ ਜੇ ਮੈਂ ਰਾਈਟ ਲੈ ਕੇ ਗਿਆ ਲੈਫਟ ਟਰਨ ਕਰਕੇ ਤਾਂ ਹੁਣ ਜਦੋਂ ਮੈਂ ਐਂਗਲ ਖੋਲੂੰਗਾ ਉਦੋਂ ਵੀ ਤਾਂ ਰਾਈਟ ਜਾਣਾ ਜੇ ਹੁਣ ਆਪਾਂ ਇੱਥੇ ਰਾਈਟ ਕਰ ਦਾਂਗੇ ਰਾਈਟ ਕਰੇ ਤਾਂ ਜਾਣਾ ਕਿੱਧਰ ਚਾਹੀਦਾ ਲੈਫਟ ਪਰ ਇਹਨੇ ਲੈਫਟ ਨਹੀਂ ਜਾਣਾ ਇਹਨੇ ਰਾਈਟ ਹੀ ਆਉਣਾ ਕਦੋਂ ਤੱਕ ਜਦੋਂ ਤੱਕ ਸਿੱਧਾ ਨਹੀਂ ਹੋਣਾ ਅਤੇ ਜਦੋਂ ਤੱਕ ਟਰੈਕਟਰ ਟ੍ਰੇਲਰ ਨੂੰ ਸਿੱਧਾ ਹੋਊਗਾ ਟ੍ਰੇਲਰ ਇੱਧਰ ਆਊਗਾ ਆਪਣੇ ਆਪ ਦੋਨੇ ਵਿੱਚ ਸਿੱਧੇ ਹੋ ਜਾਣਗੇ ਹੁਣ ਦੇਖੋ ਰਾਈਟ ਕਰਦੇ ਆ ਰਾਈਟ ਕਰਕੇ ਪਿੱਛੇ ਆਉਣਗੇ ਰਾਈਟ 'ਤੇ ਜਾਣਾ ਕਿੱਧਰ ਚਾਹੀਦਾ ਲੈਫਟ ਪਰ ਜਾਊਗਾ ਕਿੱਧਰ ਰਾਈਟ ਹੀ ਆਊਗਾ ਕਦੋਂ ਤੱਕ ਜਦੋਂ ਤੱਕ ਸਿੱਧਾ ਨਹੀਂ ਹੁੰਦਾ ਅਤੇ ਉਹ ਦੇਖੋ ਵਿੱਚ ਆਪਣੇ ਆਪ ਸਿੱਧਾ ਹੋ ਰਿਹਾ ਇੱਥੇ ਬਸ ਆਪਾਂ ਇਹੀ ਕੈਲਕੂਲੇਸ਼ਨ ਲਾਉਣੀ ਆ ਠੀਕ ਆ ਅਤੇ ਆਹ ਲਓ ਸਿੱਧਾ ਹੋ ਗਿਆ ਉਸ ਤੋਂ ਬਾਅਦ ਸਟ੍ਰੇਟ ਬੈਕ ਮੈਂ ਤੁਹਾਨੂੰ ਸਿਖਾਈ ਉਹ ਆ ਹੈਨਾ ਹੁਣ ਇਹਨਾਂ ਨੇ ਇੱਧਰ ਥੋੜ੍ਹਾ ਜਿਹਾ ਐਂਗਲ ਤਾਂ ਬਣਾਇਆ ਕਿਉਂਕਿ ਥੋੜ੍ਹਾ ਜਿਹਾ ਉੱਧਰ ਚੱਲ ਗਿਆ ਸੀ ਤਾਂ ਲੈਫਟ ਟਰਨ ਕੀਤਾ ਆਹ ਜਿਹੜਾ ਛੋਟਾ ਐਂਗਲ ਆ ਪਿੱਛੇ ਨੂੰ ਟੁੱਟ ਜੂ ਤਾਂ ਟ੍ਰੇਲਰ ਲੈਫਟ ਨੂੰ ਵੀ ਆਜੂ ਥੋੜ੍ਹਾ ਜਿਹਾ ਅਤੇ ਉਸ ਤੋਂ ਬਾਅਦ ਟਰੈਕਟਰ ਟ੍ਰੇਲਰ ਤੁਹਾਡਾ ਸਟ੍ਰੇਟ ਹੋ ਗਿਆ ਤਾਂ ਸਟ੍ਰੇਟ ਬੈਕ ਜਿੱਦਾਂ ਮੈਂ ਸਿਖਾਈ ਆ ਤੁਸੀਂ ਉੱਦਾਂ ਲਿਆ ਸਕਦੇ ਹੋ
ਤਾਂ ਵੀਰੇ ਇਹਦੇ 'ਚ ਮੈਂ ਤੁਹਾਨੂੰ ਇਸ ਬੈਗ 'ਚ ਇੱਕੋ ਹੀ ਗੱਲ ਦੱਸਦਾ ਜਿਹੜੀ ਕਿ ਸਭ ਤੋਂ ਇੰਪੋਰਟੈਂਟ ਆ, ਉਹ ਇਹ ਹੈਗੀ ਆ ਕਿ ਰਾਈਟ ਟੂ ਲੈਫਟ, ਲੈਫਟ ਟੂ ਰਾਈਟ ਉਦੋਂ ਹੀ ਜਾਂਦਾ ਜਦੋਂ ਇਹ ਮੈਂ ਮਤਲਬ ਗੱਲ ਮੈਨੂੰ ਲੱਗਦਾ ਕਿ ਪਤਾ ਨਹੀਂ ਮੈਨੂੰ ਅਣਗਿਣਤ ਵਾਰੀ ਮੈਂ ਰਿਪੀਟ ਕਰਤੀ। ਇਹਦਾ ਕਾਰਨ ਇਹੀ ਆ, ਸਭ ਤੋਂ ਵੱਡੀ ਵੀਰੇ ਕਨਫਿਊਜ਼ਨ ਲੋਕਾਂ ਨੂੰ ਇਹੀ ਆ ਕਿ ਉਹਨਾਂ ਨੂੰ ਇੰਨਾ ਹੀ ਪਤਾ ਹੁੰਦਾ ਕਿ ਲੈਫਟ ਕਰੇ ਤਾਂ ਰਾਈਟ ਜਾਂਦਾ, ਰਾਈਟ ਕਰੇ ਤਾਂ ਲੈਫਟ, ਪਰ ਉਹ ਜਿਹੜੀ ਐਂਗਲ ਆ, ਐਂਗਲ ਵਾਲੀ ਕਨਫਿਊਜ਼ਨ ਆ ਉਹ ਬਹੁਤ ਵੱਡੀ ਆ। ਅਤੇ ਉਹ ਕਲੀਅਰ ਕਰਨੀ ਜ਼ਰੂਰੀ ਹੈ ਕਿ ਲੈਫਟ ਤੋਂ ਰਾਈਟ, ਰਾਈਟ ਤੋਂ ਲੈਫਟ ਉਦੋਂ ਹੀ ਜਾਂਦਾ ਜਦੋਂ ਟਰੈਕਟਰ ਅਤੇ ਟ੍ਰੇਲਰ ਆਪਸ 'ਚ ਸਿੱਧੇ ਆ, ਪਰ ਜਦੋਂ ਟਰੈਕਟਰ ਟ੍ਰੇਲਰ ਆਪਸ 'ਚ ਨਹੀਂ ਸਿੱਧੇ, ਜਿੱਧਰ ਨੂੰ ਇਹਦਾ ਐਂਗਲ ਆ, ਜਿੱਧਰ ਨੂੰ ਆਪਾਂ ਕਹਿ ਸਕਦੇ ਹਾਂ ਕਿ ਟਰੈਕਟਰ ਟ੍ਰੇਲਰ ਬੈਂਡ 'ਚ ਆਏ, ਉੱਧਰ ਹੀ ਜਾਂਦਾ ਜਿੰਨੀ ਦੇਰ ਤੱਕ ਤੁਸੀਂ ਆਪਣਾ ਕੀ ਕਹਿੰਦੇ ਆ, ਜਿੰਨੀ ਦੇਰ ਤੱਕ ਤੁਸੀਂ ਟਰੈਕਟਰ ਟ੍ਰੇਲਰ ਨੂੰ ਮਤਲਬ ਕਿ ਸਿੱਧਾ ਨਹੀਂ ਕਰ ਦਿੰਦੇ। ਤਾਂ ਉਹ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਇਹਦੇ 'ਚ ਡਿਲੇ ਆ, ਆਪਾਂ ਇਹ ਵੀ ਕਹਿ ਸਕਦੇ ਇਹਦੇ 'ਚ ਕੀ ਆ, ਡਿਲੇ ਆ ਕਿ ਜਦੋਂ ਇਹ ਐਂਗਲ 'ਚ ਹੁੰਦਾ, ਜਿੰਨੀ ਦੇਰ ਤੱਕ ਤੁਸੀਂ ਆਪਣਾ ਐਂਗਲ ਨਹੀਂ ਖੋਲ੍ਹਦੇ ਅਤੇ ਉਨੀ ਦੇਰ ਇਹ ਉੱਧਰ ਹੀ ਜਾਂਦਾ, ਠੀਕ ਹੈ। ਅਤੇ ਬਾਕੀ ਜੇ ਬਾਈ ਕਿਸੇ ਨੂੰ ਕੋਈ ਪ੍ਰੋਬਲਮ ਹੋਈ ਹੈ ਨਾ, ਥੋੜ੍ਹਾ ਜਿਹਾ ਇੱਦਾਂ ਦੱਸਣਾ ਵੀਡੀਓ 'ਤੇ ਕਵਰੇਜ ਕਰਨਾ ਕਈ ਵਾਰ ਥੋੜ੍ਹਾ ਜਿਹਾ ਔਖਾ ਹੋ ਜਾਂਦਾ, ਪਰ ਮੈਂ ਸਮਝਾਉਣਾ ਤੁਹਾਨੂੰ ਇਹੀ ਚਾਹੁੰਦਾ। ਜੇ ਨਾ ਕਿਸੇ ਨੂੰ ਮੇਰੇ ਭੈਣ ਵੀਰ ਨੂੰ ਸਮਝ ਆਇਆ ਤਾਂ ਉਹ ਦੁਬਾਰਾ ਸਾਨੂੰ ਮੈਸੇਜ ਕਰੇ, ਅਸੀਂ ਕੁਛ ਹੋਰ ਤੁਹਾਨੂੰ ਮਤਲਬ ਕੁਛ ਵਧੀਆ ਤਰੀਕੇ ਨਾਲ ਇਹਨੂੰ ਕਵਰ ਕਰਕੇ ਦੱਸਣ ਦੀ ਕੋਸ਼ਿਸ਼ ਕਰਾਂਗੇ। ਪਰ ਜੇ ਤੁਸੀਂ ਇੱਕੋ ਚੀਜ਼ ਸਮਝ ਲਓ ਕਿ ਐਂਗਲ ਕਿੱਦਾਂ ਕੰਮ ਕਰਦਾ, ਉਹ ਤੁਹਾਡੇ ਲਈ ਬਹੁਤ ਈਜ਼ੀ ਹੋ ਜੂਗਾ। ਤਾਂ ਸਿੰਪਲ ਜੇ ਐਸ ਬੈਗ ਦੀ ਆਪਾਂ ਹੁਣ ਗੱਲ ਕਰਾਂ, ਮੈਂ ਦੁਬਾਰਾ ਥੋੜ੍ਹਾ ਜਿਹਾ ਸਮਰਾਈਜ਼ ਕਰਾਂ ਕਿ ਤੁਸੀਂ ਇੱਕ ਐਂਗਲ ਬਣਾ ਲੈਣਾ 30 ਡਿਗਰੀ ਦਾ, ਜਿੱਧਰ ਨੂੰ ਵੀ ਤੁਸੀਂ ਲਾਉਣੀ ਆ, ਚਾਹੇ ਕੋਨਾ ਦੇ ਰਾਈਟ ਸਾਈਡ ਟਰੱਕ ਖੜਾ ਚਾਹੇ ਲੈਫਟ ਸਾਈਡ ਖੜਾ, ਉਸ ਹਿਸਾਬ ਨਾਲ ਜਦੋਂ 30 ਡਿਗਰੀ ਦਾ ਐਂਗਲ ਬਣਾ ਲਿਆ ਉਹਨੂੰ ਖੋਲ੍ਹ ਦੇਣਾ। ਜਦੋਂ ਟਰੈਕਟਰ ਟ੍ਰੇਲਰ ਆਪਸ 'ਚ ਸਿੱਧੇ ਹੋ ਗਏ, ਜਦੋਂ ਟਰੈਕਟਰ ਟ੍ਰੇਲਰ ਆਪਸ 'ਚ ਸਿੱਧੇ ਹੋ ਗਏ, ਫਿਰ ਤੁਸੀਂ ਥੱਲੇ ਆਉਣਾ, ਥੱਲੇ ਆ ਕੇ ਕੋਨਾ ਦੇ ਮਿਡਲ 'ਚ ਖੜ ਕੇ ਇੱਕੋ ਹੀ ਚੀਜ਼ ਦੇਖਣੀ ਆ ਕਿ ਯਾਰ ਮੈਂ ਕਿੱਥੋਂ ਮੋੜਨਾ ਅਤੇ ਕਿੰਨਾ ਮੋੜਨਾ, ਮਤਲਬ ਕਿ ਕਿੱਥੋਂ ਮੋੜਨਾ, ਮਤਲਬ ਤੁਹਾਨੂੰ ਇਹ ਦੇਖਣਾ ਪੈਣਾ ਕਿ ਕਿੱਥੋਂ ਕੁ ਮੈਂ ਟਰਨ ਕਰਾਂ ਕਿ ਅੰਦਰ ਆ ਜਾਏ, ਅਤੇ ਕਿੰਨਾ ਮੋੜਨਾ ਮਤਲਬ ਕਿੰਨਾ ਐਂਗਲ ਬਣਾਉਣਾ। ਦੇਖੋ ਜਿਹੜਾ ਐਂਗਲ ਤੁਸੀਂ ਰਾਈਟ ਜਾਂ ਲੈਫਟ ਬਣਾਉਣਾ, ਪੂਰਾ ਟਰਨ ਕਰਕੇ ਇੱਕ ਬਣਾ ਲਿਆ ਕਰੋ, ਕਿਉਂਕਿ ਆਪਣੇ ਕੋਲ ਨਾ ਟੈਸਟ 'ਚ ਸਪੇਸ ਘੱਟ ਹੁੰਦੀ ਆ ਤਾਂ ਕਿ ਕੁਇਕ ਆਪਾਂ ਨੂੰ ਰਿਸਪੋਂਸ ਮਿਲੇ, ਠੀਕ ਹੈ ਜੀ। ਅਤੇ ਫਿਰ ਉਸ ਤੋਂ ਬਾਅਦ ਤੁਸੀਂ ਆਪਣੀ ਪੁਜੀਸ਼ਨ 'ਤੇ ਆ ਗਏ, ਉੱਥੋਂ ਐਂਗਲ ਬਣਾ ਤਾ, ਉਹਨੂੰ ਖੋਲ੍ਹ ਦਿਉ। ਬਸ ਇੱਕੋ ਮੋਟਾ ਮੋਟਾ ਹਿਸਾਬ ਲਾਉਣਾ ਹੁੰਦਾ ਵੀਰੇ ਬੈਗ 'ਚ ਕਿ ਕਿੰਨਾ ਤੁਸੀਂ ਆਪ ਲੈ ਕੇ ਜਾਣਾ। ਆਪ ਲੈ ਕੇ ਜਾਣ ਦਾ ਮਤਲਬ ਹੁੰਦਾ ਕਿ ਜੇ ਤੁਸੀਂ ਰਾਈਟ ਕਰ ਰਹੇ ਹੋ ਲੈਫਟ ਜਾ ਰਿਹਾ, ਜੇ ਤੁਸੀਂ ਲੈਫਟ ਕਰ ਰਹੇ ਹੋ ਰਾਈਟ ਜਾ ਰਿਹਾ। ਅਤੇ ਜਿਹੜਾ ਆਪਣੇ ਆਪ ਜਾਂਦਾ ਉਹਦਾ ਮਤਲਬ ਇਹ ਹੁੰਦਾ ਵੀ ਤੁਸੀਂ ਕੀਤਾ ਲੈਫਟ ਹੋਇਆ, ਜਾਣਾ ਰਾਈਟ ਚਾਹੀਦਾ ਪਰ ਫਿਰ ਵੀ ਲੈਫਟ ਜਾ ਰਹੇ, ਇਟ ਮੀਨਸ ਉਹ ਐਂਗਲ ਕਰਕੇ ਜਾ ਰਿਹਾ, ਠੀਕ ਹੈ ਜੀ। ਜੇ ਤੁਹਾਨੂੰ ਹੋਰ ਮਤਲਬ ਤੁਸੀਂ ਇਹਨੂੰ ਵਾਚ ਕਰੋ, ਜੇ ਕਿਤੇ ਤੁਹਾਨੂੰ ਮਾੜਾ ਮੋਟਾ ਵੀ ਲੱਗਦਾ ਬਾਈ ਕਿ ਨਹੀਂ ਗੱਲ ਬਣੀ ਤਾਂ ਲੈਟ ਅਸ ਨੋ, ਅਤੇ ਫਿਰ ਆਪਾਂ ਦੁਬਾਰਾ ਯਾਰ ਕੋਈ ਹੋਰ ਤਰੀਕੇ ਨਾਲ ਕਵਰ ਕਰਕੇ ਹੈ ਨਾ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੇ, ਠੀਕ ਹੈ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ।